ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ, ਅੱਜ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਕੁਝ ਸੁਰਖੀਆਂ ਅੱਜ ਅਖਬਾਰਾਂ ਦੇ ਵਿੱਚ ਕਿਹੜੇ ਮੁੱਦੇ ਕਿਹੜੀਆਂ ਖਬਰਾਂ ਚਰਚਾ 'ਚ ਆਈਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਅਸੀਂ ਅੱਜ ਕੈਨੇਡਾ ਇਲੈਕਸ਼ਨ ਬਾਰੇ ਗੱਲਬਾਤ ਕਰਨੀ ਹੈ। ਸਦਾ ਬਲਦੀਪ ਸਿੰਘ ਅਤੇ ਸਦਾ ਗੁਰਪ੍ਰੀਤ ਸਿੰਘ ਸੋਤਾ ਸਾਡੇ ਨਾਲ ਹੋਣਗੇ। ਉਹਨਾਂ ਦੇ ਨਾਲ ਆਪਾਂ ਚੀਰ ਫਾੜ ਕਰਾਂਗੇ ਇਲੈਕਸ਼ਨ ਦੀ, ਆਉਣ ਵਾਲੇ ਦਿਨਾਂ ਦੇ ਵਿੱਚ 20 ਸਤੰਬਰ ਨੂੰ ਜਿਹੜੀ ਕੈਨੇਡਾ ਦੀ ਇਲੈਕਸ਼ਨ ਹੋਣੀ ਹੈ ਉਹਦੇ 'ਚ ਕਿਹੜੇ ਮੁੱਦੇ ਨੇ, ਕਿਉਂ ਇਲੈਕਸ਼ਨ ਕਾਲ ਕੀਤੀ ਗਈ, ਕੀ ਇਲੈਕਸ਼ਨ ਕਾਲ ਕਰਨਾ ਸਹੀ ਆ, ਸਾਡੇ ਲੋਕਲ ਜਿਹੜੇ ਮੁੱਦੇ ਉਹ ਕੀ ਨੇ, ਪੰਜਾਬੀ ਕਮਿਊਨਿਟੀ ਦੇ ਪੂਰੇ ਕੈਨੇਡਾ ਦੀ ਇਸ ਇਲੈਕਸ਼ਨ ਦੇ ਵਿੱਚ ਕੀ ਰੋਲ ਹੋਊਗਾ, ਕਿਸ ਕਿਸਮ ਦੇ ਇਹਨਾਂ ਦੇ ਮੁੱਦੇ ਨੇ, ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਆਪਾਂ ਖਾਸ ਗੱਲਬਾਤ ਪ੍ਰੋਗਰਾਮ ਦੇ ਦੂਜੇ ਹਿੱਸੇ ਵਿੱਚ ਕਰਨੀ ਹੈ। ਪ੍ਰੋਗਰਾਮ ਦੇ ਨਾਲ ਜ਼ਰੂਰ ਜੁੜੇ ਰਹੋ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਅੱਜ ਦੀ ਪ੍ਰਮੁੱਖ ਖਬਰ ਜਾਂ ਅੱਜ ਦੀ ਪ੍ਰਮੁੱਖ ਚਰਚਾ ਜਿਹੜੀ ਚੱਲ ਰਹੀ ਹੈ, ਐਤਵਾਰ ਦਾ ਜਦੋਂ ਦਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਨਾਊਂਸ ਕੀਤਾ ਕਿ ਇਲੈਕਸ਼ਨ ਹੋਣੀ ਹੈ, ਤਾਂ ਲੋਕਾਂ ਦੇ ਵਿੱਚ ਇਸ ਫੈਡਰਲ ਇਲੈਕਸ਼ਨ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਨਫਰਮ ਕਰ ਦਿੱਤਾ ਸੀ ਕੱਲ੍ਹ, ਜਾਣੀ ਕਿ ਐਤਵਾਰ ਨੂੰ, ਕਿ ਉਹ ਉਹਨਾਂ ਨੇ ਗੱਲਬਾਤ ਕੀਤੀ ਆ ਜਿਹੜੇ ਗਵਰਨਰ ਜਨਰਲ ਮੈਰੀ ਸਾਈਮਨ ਦੇ ਨਾਲ, ਕਿ ਹੁਣ ਇਲੈਕਸ਼ਨ ਕਾਲ ਕੀਤੀ ਜਾਵੇ। ਅਕਤੂਬਰ 19 ਤੋਂ ਇਹ ਸਰਕਾਰ ਮਾਈਨੋਰਿਟੀ ਦੇ ਵਿੱਚ ਚੱਲ ਰਹੀ ਹੈ ਅਤੇ ਇਲੈਕਸ਼ਨ ਡੇ 20 ਸਤੰਬਰ ਰੱਖਿਆ ਗਿਆ। ਮਤਲਬ ਇਹ ਆ ਕਿ ਕੰਪੇਨਿੰਗ ਜਿਹੜੀ ਆ ਬਹੁਤ ਟਾਈਟ ਹੋਣੀ ਆ, 5 ਹਫ਼ਤੇ ਦੀ ਕੰਪੇਨਿੰਗ ਹੋਣੀ ਹੈ। ਅਤੇ ਇਹ ਸਾਰੇ ਕੁਛ ਦੇ ਵਿੱਚ ਮਸਲਾ ਕੀ ਆ, ਜਸਟਿਨ ਟਰੂਡੋ ਹੋਰਾਂ ਨੇ ਇਹ ਕਿਹਾ ਕਿ ਅਸੀਂ ਪਿਛਲੇ 17 ਮਹੀਨਿਆਂ ਦੇ ਵਿੱਚ ਕੀ ਕੀਤਾ ਇਹ ਕੈਨੇਡਾ ਵਾਲੇ ਜਾਣਦੇ ਆ, ਅਤੇ ਹੁਣ ਸਾਨੂੰ ਦੱਸਣ ਕਿ ਅਗਲੇ 17 ਮਹੀਨਿਆਂ ਦੇ ਵਿੱਚ ਅਸੀਂ ਕੀ ਕਰਨਾ, ਅਤੇ ਅਗਲੇ ਉਹ ਤੋਂ 17 ਸਾਲਾਂ ਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਦਾ ਮੁਲਕ ਚਾਹੁੰਦੇ ਆ, ਉਹ ਕਿਸ ਤਰ੍ਹਾਂ ਦੀ ਸਰਕਾਰ, ਕਿਸ ਤਰ੍ਹਾਂ ਦਾ ਕੰਮ ਕਰ ਚਾਹੁੰਦੇ ਆ, ਇਹਦੇ ਲਈ ਜਿਹੜੇ ਲੋਕ ਆਪਣਾ ਫੈਸਲਾ ਦੇਣਗੇ। ਉਹ ਕਹਿੰਦੇ ਇਹ ਹੁਣ ਇਸ ਗੱਲਬਾਤ ਦੇ ਵਿੱਚ ਦੋ ਗੱਲਾਂ ਮਤਾਂ ਬਹੁਤ ਸਪਸ਼ਟ ਨੇ। ਦੂਜੀਆਂ ਪਾਰਟੀਆਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਵੀ ਇਲੈਕਸ਼ਨ ਨਹੀਂ ਹੋਣੀ ਚਾਹੀਦੀ, ਇਲੈਕਸ਼ਨ ਦੀ ਲੋੜ ਨਹੀਂ ਆ। ਦੋ ਵੱਡੀਆਂ ਪਾਰਟੀਆਂ ਕੰਜ਼ਰਵੇਟਿਵ ਪਾਰਟੀ ਅਤੇ NDP, ਦੋਵਾਂ ਪਾਰਟੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਇਹ ਬਿਨਾਂ ਲੋੜ ਤੋਂ ਇਲੈਕਸ਼ਨ ਕਾਲ ਕੀਤੀ ਗਈ ਹੈ ਸਿਰਫ ਅਤੇ ਸਿਰਫ ਆਪਣੇ ਪੋਲੀਟੀਕਲ ਗੇਨ ਦੇ ਲਈ। ਉਹਨਾਂ ਨੇ ਸਰਕਾਰ ਸਵਾਲ ਇਸ ਗੱਲ ਦੇ ਉੱਤੇ ਚੱਕੇ ਸੀ ਜਦੋਂ ਪਿਛਲੇ ਦਿਨਾਂ ਤੋਂ ਇਹ ਗੱਲਬਾਤ ਚੱਲਦੀ ਸੀ ਕਿ ਹੁਣ ਇਲੈਕਸ਼ਨ ਕਾਲ ਹੋ ਜਾਣੀ ਹੈ। ਇਸ ਸਵਾਲ ਦੇ ਉੱਤੇ ਮਾਨਯੋਗ ਜਸਟਿਨ ਟਰੂਡੋ ਹੋਰੀ ਉਲਟਾ ਸਵਾਲ ਕੀਤਾ ਉਹਨਾਂ ਪਾਰਟੀਆਂ ਨੂੰ ਕਿ ਮੈਨੂੰ ਇਹ ਸਮਝਾਓ ਕਿ ਇਲੈਕਸ਼ਨ ਕਾਲ ਕਿਉਂ ਨਹੀਂ ਕੀਤੀ ਜਾਣੀ ਚਾਹੀਦੀ ਸੀ ਇਸ ਵੇਲੇ। ਉਹਨਾਂ ਨੇ ਆਪਣੀ ਦਲੀਲ ਦਿੱਤੀ ਆ, ਲੌਜਿਕ ਦਿੱਤਾ ਆ ਕਿ ਅਸੀਂ ਇੱਕ ਬਹੁਤ ਹੀ ਕ੍ਰਿਟੀਕਲ ਮੂਵਮੈਂਟ ਦੇ ਵਿੱਚੋਂ ਲੰਘ ਰਹੇ ਹਾਂ। 1945 ਤੋਂ ਬਾਅਦ ਜਦੋਂ ਵਰਲਡ ਵਾਰ ਸੀਗੀ, ਸੈਕਿੰਡ ਵਰਲਡ ਵਾਰ, ਉਹਦੇ ਤੋਂ ਬਾਅਦ ਪਹਿਲੀ ਵਾਰ ਇੱਦਾਂ ਦਾ ਸਮਾਂ ਆਇਆ ਦੇਸ਼ ਦੇ ਸਾਹਮਣੇ, ਅਤੇ ਇਸ ਵੇਲੇ ਕੈਨੇਡੀਅਨਸ ਨੂੰ ਇਹ ਹੱਕ ਚਾਹੀਦਾ ਕਿ ਉਹ ਇਹ ਜਿਹੜੀ COVID-19 ਦੇ ਨਾਲ ਲੜਾਈ ਚੱਲ ਰਹੀ ਆ, ਇਹ ਲੜਾਈ ਹੁਣ ਲਗਭਗ ਜਿੱਤੀ ਜਾ ਚੁੱਕੀ, ਇਹਨੂੰ ਖਤਮ ਕਿੱਦਾਂ ਕਰਨਾ, ਇਹਦਾ ਫੈਸਲਾ ਉਹ ਕਰਨ, ਉਹ ਦੱਸਣ ਕਿ ਲਿਬਰਲ ਸਰਕਾਰ ਨੇ ਠੀਕ ਕੀਤਾ, ਜੇ ਨਹੀਂ ਕੀਤਾ ਤਾਂ ਫਿਰ ਮੈਂਡੇਟ ਇਹਦੇ ਉਲਟ ਦੇਣ। ਉਹਨਾਂ ਦਾ ਮਤਲਬ ਇਹ ਸੀ ਕਿ ਲੋਕਾਂ ਨੂੰ ਹੁਣ ਲੋਕਾਂ ਕੋਲ ਹੱਕ ਆ, ਲੋਕਾਂ ਕੋਲ ਅਧਿਕਾਰ ਹੋਣਾ ਚਾਹੀਦਾ ਕਿ ਉਹ ਇਸ ਗੱਲ ਦੇ ਉੱਤੇ ਆਪਣਾ ਫੈਸਲਾ ਦੇ ਸਕਣ। ਐਰਨੋ ਟੂਲ ਹੋਣੀ ਕਿਹਾ ਕਿ ਇਹ ਇੱਕ ਪੋਲੀਟੀਕਲ ਗੇਨ ਦੇ ਲਈ ਵੀ ਜਿਹੜੀ ਇੱਕ ਰਿਸਕੀ ਐਕਸਰਸਾਈਜ਼ ਆ ਜਿਹੜੀ ਕੀਤੀ ਜਾ ਰਹੀ ਹੈ ਕਿ ਇੱਕ ਪਾਸੇ COVID-19 ਪੂਰਾ ਜ਼ੋਰ 'ਤੇ ਆ ਅਤੇ ਦੂਜੇ ਪਾਸੇ ਤੁਸੀਂ ਆਪਣੇ ਰਾਜਨੀਤਿਕ ਫਾਇਦੇ ਦੇ ਲਈ ਇਲੈਕਸ਼ਨ ਕਾਲ ਕਰ ਰਹੇ ਹੋ, ਕਿਉਂਕਿ ਲੋਕ ਬਹੁਤੇ ਇਸ ਵੇਲੇ ਨੰਬਰ ਜਿਹੜੇ ਆ ਉਹ ਲਿਬਰਲ ਪਾਰਟੀ ਦੇ ਉੱਪਰ ਆ ਰਹੇ ਆ, ਅਤੇ ਇਸ ਕਰਕੇ ਇਸ ਮੌਕੇ ਦਾ ਫਾਇਦਾ ਉਹਨਾਂ ਨੇ ਚੱਕਣਾ ਹੀ ਚੱਕਣਾ। ਦੂਜੇ ਪਾਸੇ NDP ਲੀਡਰ ਜਗਮੀਤ ਸਿੰਘ ਹੁਣੀ ਮੌਂਟਰੀਅਲ ਦੇ ਵਿੱਚ ਇਹ ਗੱਲਬਾਤ ਕੀਤੀ ਆ, ਉਹ ਕਹਿੰਦੇ ਜਿਹੜੀ ਇਲੈਕਸ਼ਨ ਆ ਇਹ ਟੋਟਲੀ ਅਨਸੈਸਰੀ ਆ, ਇਹ ਬੇਲੋੜੀ ਆ, ਇਹਦੀ ਇਸ ਵੇਲੇ ਲੋੜ ਨਹੀਂ ਆ। ਪਰ ਹੁਣ ਜਦੋਂ ਕਿ ਇਲੈਕਸ਼ਨ ਕਾਲ ਹੋ ਹੀ ਗਈ ਆ, 20 ਤਰੀਕ ਨੂੰ ਇਲੈਕਸ਼ਨ ਹੋਣੀ ਆ, ਇਹਦੇ ਵਿੱਚ ਮੁੱਦੇ ਕਿਹੜੇ ਕਿਹੜੇ ਹੋਣੇ ਆ, ਥੋੜ੍ਹੀ ਜਿਹੀ ਪੰਛੀ ਝਾਤ ਉਹਦੇ ਉੱਤੇ ਪਾਉਂਦੇ ਆ। 3-4 ਮੁੱਦੇ ਦੱਸ ਰਹੇ ਆ ਇਸ ਵੇਲੇ ਜਿਹੜੇ ਕੁਛ ਸਰਵੇ ਹੋਏ ਆ ਉਹਨਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਉਂਦੇ ਆ। ਇੱਕ ਤਾਂ ਇਹ ਸਭ ਤੋਂ ਵੱਡਾ ਮੁੱਦਾ ਹੋਊਗਾ ਵੀ ਇਲੈਕਸ਼ਨ ਕਾਲ ਕਰਨੀ ਚਾਹੀਦੀ ਸੀ ਕਿ ਨਹੀਂ, ਹੁਣ ਇਹ ਮੁੱਦਾ ਬਣਦਾ ਆ ਕਿ ਨਹੀਂ ਮੁੱਦਾ ਬਣਦਾ, ਇਹ ਦੇਖਣ ਵਾਲੀ ਗੱਲ ਹੋਊਗੀ। ਜਿਹੜੇ ਮੁੱਦੇ ਇਸ ਵੇਲੇ ਸਾਹਮਣੇ ਆ ਰਹੇ, ਸਭ ਤੋਂ ਵੱਡਾ ਮੁੱਦਾ ਕੋਸਟ ਆਫ ਲਿਵਿੰਗ ਆ। ਲੋਕਾਂ ਨੇ ਕਿਹਾ ਕਿ ਆਹ ਪੈਂਡੈਮਿਕ ਦੇ ਵਿੱਚ ਰਹਿਣਾ ਦੁੱਭਰ ਹੋ ਗਿਆ ਲੋਕਾਂ ਦਾ, ਖਰਚੇ ਇੰਨੇ ਵੱਧ ਗਏ। ਦੂਜਾ, ਐਕਸੈਸ ਟੂ ਹੈਲਥ ਕੇਅਰ। ਤੀਜਾ, ਇਕਨੋਮਿਕ ਪਲਾਨ ਕੀ ਆ ਤੁਹਾਡੇ ਕੋਲ, ਇਕੋਨਮੀ ਉਹਦਾ ਕੀ ਹੋਊਗਾ। ਚੌਥਾ, ਜਿਹੜਾ ਬਹੁਤ ਵੱਡਾ ਮੁੱਦਾ ਪਿਛਲੇ ਸਮੇਂ 'ਚ ਚਰਚਾ 'ਚ ਬਣਿਆ ਸੀ, ਇੰਡੀਜੀਨਸ ਪੀਪਲ ਅਤੇ ਰੀਕੋਨਸਾਈਲੇਸ਼ਨ ਵਾਲਾ, ਉਹ ਵੀ ਥੋੜ੍ਹੇ ਜਿਹੇ ਲੋਕ ਕਹਿੰਦੇ ਵੀ ਸਾਡੇ ਮੂਹਰੇ ਮੁੱਦਾ ਹੈਗਾ ਆ। ਐਬਕਸ ਡਾਟਾ ਜਿਹੜਾ ਦੱਸ ਰਿਹਾ ਆ ਕਿ ਸਾਰੇ ਰਿਸਪੋਂਡੈਂਟ ਨੂੰ ਜਦੋਂ ਉਹਨਾਂ ਨੇ ਪੁੱਛਿਆ ਵੀ ਕਿਹੜੇ ਤੁਹਾਡੇ ਮੁੱਖ ਮੁੱਦੇ ਨੇ, ਤਾਂ 62% ਲੋਕਾਂ ਨੇ ਕਿਹਾ ਕਿ ਕੋਸਟ ਆਫ ਲਿਵਿੰਗ ਜਿਹੜੀ 7 ਪੁਆਇੰਟ ਅੱਪ ਹੋ ਗਈ ਆ ਅਗਸਤ 2019 ਤੋਂ ਲੈ ਕੇ ਹੁਣ ਤੱਕ, ਉਹ ਸਾਡਾ ਮੁੱਦਾ ਆ, ਅਸੀਂ ਵੋਟਾਂ ਦੇ ਵਿੱਚ ਉਹਦੇ 'ਤੇ ਵੋਟ ਪਾਵਾਂਗੇ, ਉਹਦੇ 'ਤੇ ਗੱਲ ਕਰਾਂਗੇ ਕੋਸਟ ਆਫ ਲਿਵਿੰਗ ਦੇ ਉੱਤੇ। ਸੋ ਇਹਦੇ ਨਾਲ ਬਹੁਤ ਸਾਰੀ ਐਂਗਜ਼ਾਇਟੀ ਬਣੀ ਹੈ। 47% ਲੋਕ ਕਹਿੰਦੇ ਆ ਕਿ ਐਕਸੈਸ ਟੂ ਹੈਲਥ ਕੇਅਰ, ਇਹ 5 ਪੁਆਇੰਟ ਉੱਤੇ ਚਲੇ ਗਈ ਆ 2 ਸਾਲਾਂ ਦੇ ਵਿੱਚ ਸਾਡਾ, ਇਹ ਵੱਡਾ ਮੁੱਦਾ ਆ। ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਕਲਾਈਮੇਟ ਚੇਂਜ ਇੱਕ ਬਹੁਤ ਵੱਡਾ ਮੁੱਦਾ ਆ ਸਾਡੇ ਕੋਲ ਇਸ ਵੇਲੇ, ਜਿਹੜਾ ਜੋ ਕੁਛ ਇਸ ਵੇਲੇ ਹਾਲ ਹੋਏ ਆ। ਫਿਰ ਇਕਨੋਮਿਕ ਪਲਾਨ ਕੀ ਆ ਕੈਨੇਡਾ ਦੇ ਕੋਲ, 41% ਲੋਕ ਇਸ ਚੀਜ਼ ਨੂੰ ਵੀ ਮੁੱਦਾ ਦੱਸ ਰਹੇ ਆ। ਹੁਣ ਇਹਨਾਂ ਸਾਰ ਜਾਂ ਜਿਹੜੀ ਰੀਕੋਨਸਾਈਲੇਸ਼ਨ ਅਤੇ ਇੰਡੀਜੀਨੀਅਸ ਪੀਪਲ ਦਾ ਮੁੱਦਾ ਆ ਜਿਹੜਾ ਲੱਗਦਾ ਸੀ ਬਹੁਤ ਵੱਡਾ ਆ, 21% ਲੋਕ ਇਹਨੂੰ ਵੀ ਮੁੱਦਾ ਬਣਾ ਰਹੇ ਆ ਇਸ ਸਾਰੇ ਕੁਛ ਦੇ ਵਿੱਚ। ਹੁਣ ਇਹ ਸਾਰਾ ਡਾਟਾ ਇਸ ਵੇਲੇ ਦੱਸ ਰਿਹਾ
ਸੰਭਾਵਨਾ ਇਹੀ ਆ ਕਿ ਲਿਬਰਲ ਪਾਰਟੀ ਚੋਣਾਂ ਜਿੱਤ ਜਾਊਗੀ, ਪਰ ਦੋਵਾਂ ਪਾਰਟੀਆਂ ਦੇ ਵੱਲੋਂ ਇਸ ਇਲੈਕਸ਼ਨ ਦਾ ਵਿਰੋਧ ਕੀਤਾ ਜਾਣਾ ਅਤੇ ਉਹਦੇ ਤੋਂ ਬਾਅਦ ਹੁਣ ਇਲੈਕਸ਼ਨ ਦੇ ਵਿੱਚ ਫਿਰ ਉਹਨਾਂ ਨੇ ਆਪਣੇ ਆਪਣੇ ਮੁੱਦੇ ਲੈ ਕੇ ਜਦੋਂ ਲੋਕਾਂ ਦੇ ਵਿੱਚ ਆ ਜਾਣਾ ਹੈ ਤਾਂ ਦੇਖਣ ਵਾਲੀ ਗੱਲ ਹੋਊਗੀ ਕਿ ਲੋਕ ਜਿਹੜੀ ਮਿਨੋਰਿਟੀ ਗਵਰਨਮੈਂਟ ਆ ਇਹਨੂੰ ਮਜੋਰਿਟੀ ਦੇ ਦਿੰਦੇ ਆ, ਇਹਨੂੰ ਬਹੁਮਤ ਦੇ ਕੇ ਲੈ ਆਉਂਦੇ ਆ, ਜਾਂ ਕੁਛ ਕੁਛ ਗੱਲਬਾਤ ਇਹ ਵੀ ਚੱਲ ਰਹੀ ਹੈ ਕਿ ਸਥਿਤੀ ਡਾਵਾਂਡੋਲ ਪਹਿਲਾਂ ਵਰਗੀ ਵੀ ਰਹਿ ਸਕਦੀ ਹੈ। ਜਦੋਂ ਇਲੈਕਸ਼ਨ ਦੀ ਗੱਲਬਾਤ ਚੱਲ ਰਹੀ ਹੈ ਤਾਂ ਕੰਜ਼ਰਵੇਟਿਵ ਲੀਡਰ ਐਰਨ ਟੂਲ ਨੇ ਇੱਕ ਗੱਲਬਾਤ ਕਹੀ ਹੈ ਕੱਲ੍ਹ ਐਤਵਾਰ ਬਾਅਦ ਦੁਪਹਿਰ, ਉਹ ਕਹਿੰਦੇ ਵੀ ਜਿਹੜੀ ਮੈਂਡੋਟਰੀ ਵੈਕਸੀਨੇਸ਼ਨ ਫੈਡਰਲ ਪਬਲਿਕ ਸਰਵੈਂਟਸ ਦੇ ਲਈ ਕੀਤੀ ਆ ਕਿ ਸਰਕਾਰੀ ਕੰਮ ਕਰਨ ਵਾਲੇ ਲੋਕਾਂ ਦੇ ਲਈ ਸਰਕਾਰ ਨੇ ਕਿਹਾ ਵੀ ਉਹਨਾਂ ਨੂੰ ਵੈਕਸੀਨ ਜ਼ਰੂਰ ਲਵਾਉਣੀ ਚਾਹੀਦੀ ਆ, ਉਹ ਕਹਿੰਦੇ ਗਲਤ ਗੱਲ ਆ, ਇੱਦਾਂ ਨਹੀਂ ਹੋਣਾ ਚਾਹੀਦਾ। ਹੋਣਾ ਕੀ ਚਾਹੀਦਾ ਕਿ ਜਿਹੜੀ ਰੈਗੂਲਰ ਰੈਪਿਡ ਟੈਸਟਿੰਗ ਹੋਣੀ ਚਾਹੀਦੀ ਆ, ਵਰਕ ਪਲੇਸ ਨੂੰ ਸੇਫ ਰੱਖਣਾ ਚਾਹੀਦਾ ਕੋਵਿਡ 19 ਦੇ ਮਾਮਲੇ ਦੇ ਵਿੱਚ, ਨਾ ਕਿ ਲੋਕਾਂ ਦੇ ਲਈ ਜ਼ਰੂਰੀ ਕਰ ਦਿਓ ਕਿ ਤੁਸੀਂ ਵੈਕਸੀਨ ਲਵਾਉਣੀ ਹੈ। ਉਹਨਾਂ ਨੇ ਜਿਹੜਾ ਪਿਛਲੇ ਹਫ਼ਤੇ ਲਿਬਰਲ ਸਰਕਾਰ ਦਾ ਪਲਾਨ ਸੀਗਾ ਇੰਪਲੀਮੈਂਟ ਕਿ ਇਹਨੂੰ ਵੈਕਸੀਨ ਨੂੰ ਜ਼ਰੂਰੀ ਕਰ ਦੇਣਾ ਬਿਊਰੋਕਰੈਟਸ ਦੇ ਲਈ, ਟਰਾਂਸਪੋਰਟੇਸ਼ਨ ਵਰਕਰਸ ਦੇ ਲਈ, ਜਾਂ ਬਹੁਤ ਸਾਰੇ ਪੈਸੰਜਰ ਦੇ ਲਈ ਜਿਹੜੇ ਏਅਰ ਜਾਂ ਰੇਲ ਦੇ ਨਾਲ ਟਰੈਵਲ ਕਰ ਰਹੇ ਆ, ਉਹਨਾਂ ਨੇ ਇਹਨੂੰ ਕਿਹਾ ਕਿ ਇਹ ਅਸਲ ਦੇ ਵਿੱਚ ਜਿਹੜਾ ਹੋਣਾ ਤਾਂ ਇਹ ਚਾਹੀਦਾ ਕਿ ਵੈਕਸੀਨ ਰੇਟ ਵਧਾਉਣਾ ਚਾਹੀਦਾ ਕਿਸੇ ਨਾ ਕਿਸੇ ਤਰੀਕੇ ਨਾਲ, ਵੈਕਸੀਨ ਦੀ ਕੰਪੇਨ ਕੀਤੀ ਜਾਣੀ ਚਾਹੀਦੀ ਹੈ। ਕਿ ਹੋਇਆ ਕੀ ਹੈ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਫੇਲ ਹੋ ਗਈ ਹੈ ਕਿ ਉਹ ਉਸ ਪੱਧਰ ਦੇ ਉੱਤੇ ਇਸ ਵੈਕਸੀਨ ਨੂੰ ਪ੍ਰਮੋਟ ਨਹੀਂ ਕਰ ਸਕੀ। ਉਹਨਾਂ ਨੇ ਕਿਹਾ ਵੀ ਇਹ ਡਿਵਾਈਡ ਕਰਨ ਵਾਲੀ ਚੀਜ਼ ਨਹੀਂ ਹੋਣੀ ਚਾਹੀਦੀ ਵੈਕਸੀਨ। ਕੰਜ਼ਰਵੇਟਿਵ ਲੀਡਰ ਐਰਨ ਟੂਲ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਨੂੰ ਡਿਵਾਈਡ ਕਰਨ ਦੇ ਥਾਂ ਦੇ ਉੱਤੇ ਰੀਜ਼ਨੇਬਲ ਅਤੇ ਬੈਲੈਂਸਡ ਅਪਰੋਚ ਹੋਣੀ ਚਾਹੀਦੀ ਹੈ, ਜਿਹਦੇ ਨਾਲ ਕਿ ਇਹਨਾਂ ਦੇ ਪਰਸਨਲ ਹੈਲਥ ਡਿਸੀਜਨਸ ਅਤੇ ਉਹਦੇ ਰਾਈਟਸ ਜਿਹੜੇ ਆ ਉਹ ਇਹਨਾਂ ਦੇ ਬਚੇ ਰਹਿ ਸਕਣ। ਦੁਨੀਆ ਦੇ ਵਿੱਚ ਬਹੁਤ ਵੱਡਾ ਮੁੱਦਾ ਇੱਕ ਇਹ ਬਣਿਆ ਆ ਕਿ ਵੈਕਸੀਨ ਜ਼ਰੂਰੀ ਕਰਨੀ ਆ ਜਾਂ ਨਹੀਂ ਜ਼ਰੂਰੀ ਕਰਨੀ। ਇੱਕ ਧਿਰ ਕਹਿ ਰਹੀ ਆ ਕਿ ਇਹ ਸਾਡੇ ਜਿਹੜੇ ਨਿੱਜੀ ਹੱਕ ਨੇ ਉਹਨਾਂ ਦੇ ਉੱਤੇ ਹਮਲਾ ਆ, ਸਾਡੀ ਸਿਹਤ ਆ, ਅਸੀਂ ਫੈਸਲਾ ਕਰਾਂਗੇ ਕਿ ਅਸੀਂ ਲਵਾਉਣੀ ਆ ਜਾਂ ਨਹੀਂ ਲਵਾਉਣੀ। ਕੱਲ੍ਹ ਅਮੈਰੀਕਾ ਦੇ ਵਿੱਚ ਕੁਛ ਥਾਵਾਂ ਦੇ ਉੱਤੇ ਝਗੜੇ ਵੀ ਹੋਏ ਆ, ਜਿਹੜੇ ਐਂਟੀ ਵੈਕਸਰ ਅਤੇ ਜਿਹੜੇ ਵੈਕਸੀਨ ਲਵਾਉਣ ਵਾਲੇ ਸੀ ਉਹਨਾਂ ਦੇ ਵਿੱਚ ਝੜਪ ਵੀ ਹੋਈ ਆ, ਚਾਕੂ ਵੀ ਛੁਰੇਬਾਜ਼ੀ ਦੀਆਂ ਵੀ ਕੁਛ ਘਟਨਾਵਾਂ ਸਾਹਮਣੇ ਆਈਆਂ। ਸਾਰੀ ਦੁਨੀਆ ਦੇ ਵਿੱਚ ਇਹ ਮੁੱਦਾ ਹੈਗਾ ਅਤੇ ਹੁਣ ਕੁਛ ਹੱਦ ਤੱਕ ਉਹਨਾਂ ਨੂੰ ਉਹਨਾਂ ਦੇ ਹੱਕ ਦੇ ਵਿੱਚ ਐਰਨ ਨੂੰ ਟੂਲ ਆਇਆ ਕਿ ਜ਼ਰੂਰੀ ਨਹੀਂ ਕਰਨੀ ਚਾਹੀਦੀ। ਇੰਪਲੋਈਜ਼ ਨੂੰ ਉਹਨਾਂ ਨੂੰ ਕਹਿਣਾ ਚਾਹੀਦਾ ਲਵਾ ਲਓ, ਹੋਰ ਤਰੀਕੇ ਵਰਤਣੇ ਚਾਹੀਦੇ ਆ, ਪਰ ਉਹਨਾਂ ਦੇ ਉੱਤੇ ਇਹ ਕਾਨੂੰਨ ਨਹੀਂ ਬਣਾਉਣਾ ਚਾਹੀਦਾ। ਜਿਹੜੇ ਪਬਲਿਕ ਸਰਵੈਂਟ ਜਾਂ ਟਰੈਵਲਰ ਹੈਗੇ ਆ ਉਹ ਕਹਿੰਦੇ ਵੀ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ, ਹੁਣ ਮਸਲਾ ਇਹ ਆ ਕਿ ਜਿਹੜੇ ਪਾਰਟੀਆਂ ਨੇ ਹੁਣ ਕੈਂਡੀਡੇਟ ਖੜ੍ਹੇ ਕਰਨੇ ਆ, ਕੀ ਉਹ ਕੈਂਡੀਡੇਟਸ ਨੂੰ ਕਹਿਣਗੇ ਵੀ ਕਿਹੜੀ ਪਾਰਟੀ ਕਹਿੰਦੀ ਆ ਵੀ ਤੁਸੀਂ ਵੈਕਸੀਨ ਜ਼ਰੂਰ ਲਵਾਓ? ਲਿਬਰਲ ਅਤੇ NDP ਕਹਿਣਗੇ, ਪਰ ਕੰਜ਼ਰਵੇਟਿਵ ਹਜੇ ਤੱਕ ਉਹ ਕਹਿੰਦੇ ਅਸੀਂ ਕਹਿ ਰਹੇ ਹਾਂ ਪਰ ਅਸੀਂ ਜ਼ਰੂਰੀ ਨਹੀਂ ਕਰਾਂਗੇ ਵੀ ਤੁਸੀਂ ਵੈਕਸੀਨ ਲਵਾਓ ਤਾਂ ਹੀ ਤੁਸੀਂ ਇਲੈਕਸ਼ਨ ਲੜ ਸਕਦੇ ਹਾਂ ਜਾਂ ਲੋਕਾਂ ਦੇ ਵਿੱਚ ਜਾ ਸਕਦੇ ਹਾਂ। ਇਸ ਗੱਲਬਾਤ ਨੂੰ ਲੈ ਕੇ ਕਾਫ਼ੀ ਪਹਿਲਾਂ ਵੀ ਆਲੋਚਨਾ ਹੋਈ ਸੀ ਅਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਉਹ ਕਹਿੰਦੀ ਸੀ ਕਿ ਜਿਸ ਤਰੀਕੇ ਦੇ ਨਾਲ ਇਹ ਸਰਕਾਰ ਵੈਕਸੀਨ ਲਵਾ ਰਹੀ ਆ 2030 ਤੱਕ ਵੀ ਵੈਕਸੀਨ ਨਹੀਂ ਪੂਰੀ ਲੱਗਣੀ। ਪਰ ਇਹ ਵੀ ਤੁਹਾਨੂੰ ਪਤਾ ਆ ਕਿ ਇਸ ਵੇਲੇ ਜਿਹੜੇ ਅੰਕੜੇ ਆ ਕੁਛ ਨਿਊਜ਼ ਏਜੰਸੀਜ਼ ਇਹ ਵੀ ਦੱਸਦੀਆਂ ਆ ਕਿ 5.7 million ਤੋਂ ਜ਼ਿਆਦਾ ਐਲੀਜੀਬਲ ਕੈਂਡੀਡੇਟ ਹੈਗੇ ਆ ਜਿਨ੍ਹਾਂ ਨੇ ਹਜੇ ਤੱਕ ਇੱਕ ਡੋਜ਼ ਵੀ ਵੈਕਸੀਨ ਦੀ ਲਵਾਈ ਕੈਨੇਡਾ ਦੇ ਵਿੱਚ। ਵੈਕਸੀਨ ਬਹੁਤ ਆ ਥਾਂ ਥਾਂ ਦੇ ਉੱਤੇ ਲਾਉਣ ਦੇ ਲਈ ਪ੍ਰਬੰਧ ਆ, ਪਰ ਲੋਕ ਲਵਾ ਨਹੀਂ ਰਹੇ, ਉਹਨਾਂ ਦੇ ਕੁਛ ਆਪਣੇ ਜਿਹੜੇ ਉਹ ਰੀਜ਼ਨਸ ਨੇ। ਹੁਣ ਇਸ ਵੇਲੇ ਇਹ ਮੁੱਦਾ ਇਲੈਕਸ਼ਨ ਦੇ ਵਿੱਚ ਕਿੰਨਾ ਕੁ ਬਣਦਾ ਆ ਅਤੇ ਕਿੰਨੀ ਕੁ ਗੱਲਬਾਤ ਇਸ ਜਿਹੜੀ ਮੈਂਡੋਟਰੀ ਆ ਅਤੇ ਇਹਦੇ ਵਿੱਚ ਡਿਵੀਜ਼ਨ ਕੀਤੀ ਜਾਂਦੀ ਆ ਕਿ ਤੁਸੀਂ ਵੈਕਸੀਨ ਜ਼ਰੂਰੀ ਕਰ ਰਹੇ ਹੋ ਜਾਂ ਤੁਸੀਂ ਵੈਕਸੀਨ ਜ਼ਰੂਰੀ ਨਹੀਂ ਕਰ ਰਹੇ, ਇਹ ਵੀ ਇੱਕ ਦੇਖਣ ਵਾਲੀ ਗੱਲ ਹੋਊਗੀ। ਇਹ ਐਰਨ ਟੂਲ ਦੇ ਬਿਆਨ ਤੋਂ ਬਾਅਦ ਜਿਹੜਾ ਕਿ ਮਾਨਯੋਗ ਜਸਟਿਨ ਟਰੂਡੋ ਦੇ ਬਿਆਨ ਦੇ ਬਿਲਕੁਲ ਉਲਟ ਆ, ਉਹਨਾਂ ਦਾ ਵਿਰੋਧ ਕਰਨ ਵਾਲਾ ਆ, ਇਹਨੇ ਇੱਕ ਨਵੀਂ ਚਰਚਾ ਕੈਨੇਡਾ ਦੇ ਵਿੱਚ ਛੇੜ ਦਿੱਤੀ ਹੈ। ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਇੱਕ ਖਬਰ ਬਹੁਤ ਪ੍ਰਮੁੱਖਤਾ ਦੇ ਨਾਲ ਪਿਛਲੇ ਦਿਨਾਂ ਤੋਂ ਚੱਲ ਰਹੀ ਹੈ। 15 ਅਗਸਤ ਨੂੰ ਤਾਲਿਬਾਨ ਦੇ ਕਾਬਲ ਵਿੱਚ ਦਾਖਲ ਹੋਣ ਅਤੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦੇਸ਼ ਛੱਡ ਕੇ ਭੱਜ ਜਾਣ ਤੋਂ ਬਾਅਦ ਜੋ ਕੁਛ ਉੱਥੇ ਹੋਇਆ ਆ ਇਹਨੇ ਸਾਰੀ ਦੁਨੀਆ ਦੀਆਂ ਅਖਬਾਰਾਂ ਦੇ ਵਿੱਚ ਸੁਰਖੀਆਂ ਇਹ ਗੱਲ ਬਣੀ ਹੈ। ਸੋਮਵਾਰ ਨੂੰ ਜਾਣੀ ਕਿ ਕੱਲ੍ਹ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਦੇ ਉੱਤੇ ਹਫੜਾ ਦਫੜੀ ਮੱਚੀ ਹੈ, ਜਿਹਦੀਆਂ ਵੀਡੀਓਜ਼ ਦੁਨੀਆ ਦੇ ਵਿੱਚ ਵਾਇਰਲ ਹੋ ਰਹੀਆਂ ਕਿ ਲੋਕ ਜਹਾਜ਼ ਦੇ ਵਿੱਚ ਚੜ੍ਹ ਰਹੇ ਆ, ਜਹਾਜ਼ ਦੇ ਵਿੱਚੋਂ ਡਿੱਗ ਰਹੇ ਆ, ਲੋਕ ਜਹਾਜ਼ਾਂ ਰਾਹੀਂ ਭੱਜਣ ਦੀ ਕੋਸ਼ਿਸ਼ ਕਰ ਰਹੇ ਆ। ਹਵਾਈ ਅੱਡੇ 'ਤੇ 5 ਲੋਕਾਂ ਦੇ ਮਾਰੇ ਜਾਣ ਦੀਆਂ ਵੀ ਖਬਰਾਂ ਆ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਕੋਈ ਬੱਸ ਸਟੈਂਡ ਹੁੰਦਾ ਜਾਂ ਬੱਸਾਂ ਜਿੰਨੀ ਤਰੀਕੇ ਦੇ ਨਾਲ ਭਰੀਆਂ ਜਾਂਦੀਆਂ, ਉਹ ਦ੍ਰਿਸ਼ ਉੱਥੋਂ ਜਹਾਜ਼ਾਂ ਦੇ ਆ ਰਹੇ ਆ। ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਦੇਖਿਆ ਜਾ ਸਕਦਾ ਕਿ ਫੌਜੀ ਜਹਾਜ਼ ਰਨਵੇ 'ਤੇ ਚੱਲ ਰਿਹਾ ਆ, ਬਹੁਤ ਸਾਰੇ ਅਫਗਾਨ ਨਾਗਰਿਕ ਜਿਹੜਾ ਇਹਦੇ ਨਾਲ ਦੌੜ ਰਿਹਾ, ਕੁਝ ਲੋਕ ਚੱਲਦੇ ਜਹਾਜ਼ ਵਿੱਚ ਵੀ ਚੜ੍ਹ ਰਹੇ ਆ। ਵੀਡੀਓ ਦੇ ਵਿੱਚ ਇਹ ਵੀ ਦੇਖਿਆ ਜਾ ਸਕਦਾ ਕਿ ਜਦੋਂ ਜਹਾਜ਼ ਨੇ ਉਡਾਣ ਭਰੀ ਤਾਂ ਕੁਛ ਲੋਕ ਉਹਦੇ ਵਿੱਚੋਂ ਹੇਠਾਂ ਵੀ ਡਿੱਗ ਪਏ। ਸਾਬਕਾ ਰਾਸ਼ਟਰਪਤੀ ਹਾਮਦ ਕਰਜ਼ਈ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿੱਚ ਸ਼ਾਂਤੀ ਲਿਆਉਣ ਲਈ ਤਾਲਿਬਾਨ ਦੇ ਸੰਪਰਕ ਵਿੱਚ ਨੇ। ਉਜ਼ਬੇਕਿਸਤਾਨ ਦੇ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਹਵਾਈ ਫੌਜ ਨੇ ਸਰਹੱਦ ਪਾਰ ਆਏ ਅਫਗਾਨ ਫੌਜਾਂ ਦੇ ਇੱਕ ਜੈੱਟ ਨੂੰ ਮਾਰ ਗਿਰਾਇਆ। ਬਹੁਤ ਸਾਰੇ ਪੱਛਮੀ ਮੁਲਕ ਸਮੇਤ ਕੈਨੇਡਾ ਦੇ
ਉਹ ਲੋਕਾਂ ਨੂੰ ਕੱਢਣ ਲਈ ਉਹਨਾਂ ਨੇ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਹੈ। 60 ਤੋਂ ਵੱਧ ਦੇਸ਼ਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਤਾਲਿਬਾਨ ਨੂੰ ਕਿਹਾ ਆ ਕਿ ਤੁਸੀਂ ਲੋਕਾਂ ਨੂੰ ਇੱਥੋਂ ਜਾਣ ਦਿਓ। ਇਹ ਤੋਂ ਪਹਿਲਾਂ ਅਮਰੀਕਾ ਨੇ ਕਾਬੁਲ ਦੇ ਵਿੱਚ ਜਿਹੜੇ ਦੂਤਘਰ ਤੋਂ ਆਪਣੇ ਸਾਰੇ ਆਦਮੀਆਂ ਨੂੰ ਬਾਹਰ ਕੱਢਿਆ ਸੀ ਅਤੇ ਜਿਹੜਾ ਆਪਣੇ ਜਿਹੜੇ ਉਹਨਾਂ ਦੇ ਕੂਟਨੀਤਿਕ ਖੇਤਰ ਆ ਉੱਥੇ ਆਪਣੇ ਝੰਡੇ ਨੀਵੇਂ ਕਰ ਦਿੱਤੇ ਸੀ। ਅਮਰੀਕੀ ਰੱਖਿਆ ਮੰਤਰਾਲਾ ਇਹ ਕਹਿ ਰਿਹਾ ਕਿ 500 ਹੋਰ ਫੌਜੀਆਂ ਨੂੰ ਕਾਬਲ ਭੇਜ ਰਿਹਾ। ਪੈਂਟਾਗਨ ਨੇ ਵੀ ਇਹ ਗੱਲ ਮੰਨੀ ਹੈ ਕਿ ਹਵਾਈ ਅੱਡੇ 'ਤੇ ਉਹਨਾਂ ਦੀ ਫੌਜੀ ਕਾਰਵਾਈ ਦੌਰਾਨ 2 ਹਥਿਆਰਬੰਦ ਵਿਅਕਤੀ ਮਾਰੇ ਗਏ ਆ। ਕਾਬਲ ਸ਼ਹਿਰ ਦੇ ਵਿੱਚ ਹੁਣ ਤਾਲਿਬਾਨ ਨੇ ਆਪਣਾ ਕਬਜ਼ਾ ਕਰ ਲਿਆ ਆ ਅਤੇ ਟ੍ਰੈਫਿਕ ਤੋਂ ਲੈ ਕੇ ਸੁਰੱਖਿਆ ਦੇ ਸਾਰੇ ਪ੍ਰਬੰਧ ਉਹਨਾਂ ਨੇ ਚਲਾਉਣੇ ਸ਼ੁਰੂ ਕਰ ਦਿੱਤੇ ਆ। ਇਹ ਰੌਲਾ ਕੀ ਆ, ਮਾਮਲਾ ਕੀ ਆ, ਥੋੜ੍ਹਾ ਜਿਹਾ ਇਤਿਹਾਸ ਦੇ ਵਿੱਚ ਪਿੱਛੇ ਜਾ ਕੇ ਜਦੋਂ ਨਜ਼ਰ ਮਾਰਦੇ ਹਾਂ ਤਾਂ ਫਿਰ ਸਾਨੂੰ ਇਹਦਾ ਤਾਲਿਬਾਨ ਦਾ ਇਤਿਹਾਸ ਸਾਹਮਣੇ ਆਉਂਦਾ। 2001 ਦੇ ਵਿੱਚ ਅਮਰੀਕਾ ਦੀ ਅਗਵਾਈ ਵਾਲੀਆਂ ਫੌਜਾਂ ਨੇ ਤਾਲਿਬਾਨ ਨੂੰ ਅਫਗਾਨਿਸਤਾਨ ਵਿੱਚ ਸੱਤਾ ਤੋਂ ਬਾਹਰ ਕੱਢ ਦਿੱਤਾ ਸੀ, ਲਗਭਗ 20 ਸਾਲ ਪਹਿਲਾਂ। ਪਰ 20 ਸਾਲਾਂ ਦੇ ਵਿੱਚ ਇਹ ਜਿਹੜਾ ਤਾਲਿਬਾਨ ਸੀ, ਜਿਹੜਾ ਗਰੁੱਪ ਸੀ, ਇਹਨੇ ਹੌਲੀ ਹੌਲੀ ਆਪਣੀ ਤਾਕਤ ਬਣਾਈ, ਦੁਬਾਰਾ ਇਸ ਖੇਤਰ 'ਤੇ ਕਬਜ਼ਾ ਕੀਤਾ। 2 ਦਹਾਕਿਆਂ ਦੀ ਜੰਗ ਤੋਂ ਬਾਅਦ ਜਦੋਂ ਅਮਰੀਕੀ ਸੈਨਾ ਜਿਹੜੀ 11 ਸਤੰਬਰ ਤੱਕ ਆਪਣੀ ਵਾਪਸੀ ਦੀ ਪੂਰੀ ਤਰ੍ਹਾਂ ਤਿਆਰੀ ਕਰ ਰਹੀ ਸੀ, ਹੁਣ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਸਤੰਬਰ ਦੇ ਵਿੱਚ ਵਾਪਸ ਉੱਥੋਂ ਸਾਰੀ ਫੌਜ ਬੁਲਾ ਲੈਣੀ ਹੈ, ਤਾਂ ਤਾਲਿਬਾਨ ਨੇ ਅਫਗਾਨ ਫੌਜੀ ਚੌਂਕੀਆਂ, ਕਸਬਿਆਂ, ਪਿੰਡਾਂ, ਸ਼ਹਿਰਾਂ ਸਾਰੇ ਦੇ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਇਹਦੇ ਨਾਲ ਫਿਰ ਇੱਕ ਡਰ ਪੈਦਾ ਹੋ ਗਿਆ ਕਿ ਤਾਲਿਬਾਨ ਦੀ ਸਰਕਾਰ ਨੂੰ ਇਹ ਢਾ ਸਕਦਾ ਹੈ। 18 ਵਿੱਚ ਅਮਰੀਕਾ ਨਾਲ ਸਿੱਧੀ ਗੱਲਬਾਤ ਕੀਤੀ ਸੀ ਇਹਨੇ ਤਾਲਿਬਾਨ ਨੇ, ਅਤੇ ਫਰਵਰੀ 2020 ਵਿੱਚ ਦੋਹਾਂ ਦੇ ਵਿਚਕਾਰ ਇੱਕ ਸ਼ਾਂਤੀ ਸਮਝੌਤਾ ਹੋਇਆ ਸੀ, ਜਿਹਦੇ ਤਹਿਤ ਇਹ ਗੱਲਬਾਤ ਹੋਈ ਸੀ ਕਿ ਅਮਰੀਕਾ ਇੱਥੋਂ ਵਾਪਸ ਚਲੇ ਜਾਊਗਾ ਅਤੇ ਤਾਲਿਬਾਨ ਅਮਰੀਕੀ ਫੌਜਾਂ 'ਤੇ ਹਮਲੇ ਰੋਕਣ ਲਈ ਵਚਨਬੱਧ ਆ। ਇਹਨਾਂ ਵਾਅਦਿਆਂ ਦੇ ਵਿੱਚ ਅਲਕਾਇਦਾ ਜਾਂ ਹੋਰ ਜਿਹੜੇ ਅੱਤਵਾਦੀ ਸਮੂਹ ਆ ਉਹਨਾਂ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਕੰਮ ਨਾ ਕਰਨ ਦੇਣਾ ਅਤੇ ਸ਼ਾਂਤੀ ਗੱਲਬਾਤ ਨੂੰ ਅੱਗੇ ਵਧਾਉਣਾ ਵੀ ਸ਼ਾਮਲ ਹੈ। ਪਰ ਉਹਦੇ ਨਾਲ ਨਾਲ ਹੀ ਬਾਅਦ ਵਾਲੇ ਸਾਲਾਂ ਦੇ ਵਿੱਚ ਤਾਲਿਬਾਨ ਨੇ ਅਫਗਾਨ ਦੇ ਸੁਰੱਖਿਆ ਬਲਾਂ ਅਤੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ। ਹੁਣ ਜਦੋਂ US ਦੇਸ਼ ਨੂੰ ਤਕਰੀਬਨ ਉਹਨੇ ਛੱਡ ਦਿੱਤਾ ਤਾਂ ਤਾਲਿਬਾਨ ਮੁੜ ਕੇ ਉੱਥੇ ਉੱਭਰ ਗਿਆ, ਉਹਨੇ ਪੈਰ ਪਸਾਰ ਲਿਆ। ਤਾਲਿਬਾਨ ਦਰਅਸਲ ਪਸ਼ਤੋ ਭਾਸ਼ਾ ਦਾ ਅਰਥ, ਇੱਕ ਸ਼ਬਦ ਆ ਜਿਹਦੇ ਵਿੱਚ ਪਸ਼ਤੋ ਭਾਸ਼ਾ ਦੇ ਵਿੱਚ ਜਿਹਦਾ ਅਰਥ ਆ ਵਿਦਿਆਰਥੀ। 1990 ਦੇ ਨੇੜੇ ਤੇੜੇ ਸਾਹਮਣੇ ਆਏ ਸੀ ਅਫਗਾਨਿਸਤਾਨ ਤੋਂ, ਜਦੋਂ ਉਹ ਰੂਸ ਦੀਆਂ ਫੌਜਾਂ ਵਾਪਸੀ ਗਈਆਂ ਸੀ, ਉੱਤਰੀ ਪਾਕਿਸਤਾਨ ਵਿੱਚ ਇਹ ਉੱਭਰਿਆ ਸੀ। ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਪਸ਼ਤੂਨ ਅੰਦੋਲਨ ਆ ਮੁੱਖ ਤੌਰ 'ਤੇ ਪਹਿਲਾਂ ਧਾਰਮਿਕ ਮਦਰੱਸਿਆਂ ਵਿੱਚ ਦਿਖਾਈ ਦਿੱਤਾ ਸੀ, ਜ਼ਿਆਦਾਤਰ ਸਾਊਦੀ ਅਰਬ ਤੋਂ ਆਏ ਪੈਸੇ ਦੇ ਨਾਲ ਚੱਲਦਾ ਸੀ, ਜਿਹੜਾ ਸੁੰਨੀ ਇਸਲਾਮ ਦੇ ਕੱਟੜ ਰੂਪ ਦਾ ਪ੍ਰਚਾਰ ਕਰਦਾ। ਤਾਲਿਬਾਨ ਨੇ ਤੇਜ਼ੀ ਨਾਲ ਅਫਗਾਨਿਸਤਾਨ ਦੇ ਦੱਖਣ ਪੱਛਮੀ ਇਲਾਕੇ ਦੇ ਵਿੱਚ ਵੀ ਆਪਣੇ ਪ੍ਰਭਾਵ ਨੂੰ ਵਧਾਇਆ। ਸਤੰਬਰ 1995 ਵਿੱਚ ਉਹਨਾਂ ਨੇ ਇਰਾਨ ਦੀ ਸਰਹੱਦ ਨਾਲ ਲੱਗਦੇ ਹੈਰਾਤ ਪ੍ਰਾਂਤ 'ਤੇ ਕਬਜ਼ਾ ਕਰ ਲਿਆ। ਇੱਕ ਸਾਲ ਬਾਅਦ ਸੋਵੀਅਤ ਦੇ ਕਬਜ਼ੇ ਦਾ ਵਿਰੋਧ ਕਰਨ ਵਾਲੇ ਅਫਗਾਨ ਮੁਹਾਜਦੀਨ ਦੇ ਸੰਸਥਾਪਕਾਂ ਵਿੱਚੋਂ ਇੱਕ ਰਾਸ਼ਟਰਪਤੀ ਬੁਰਹਾਨੁਦੀਨ ਰਬਾਨੀ ਦੇ ਸ਼ਾਸਨ ਦਾ ਤਖ਼ਤਾ ਪਲਟਦਿਆਂ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਉੱਤੇ ਕਬਜ਼ਾ ਕਰ ਲਿਆ ਸੀ। ਸੋ ਇਹ ਲਗਾਤਾਰ ਦੋਸਤੋ ਜਿਹੜਾ ਸੰਘਰਸ਼ ਚੱਲਦਾ ਆਇਆ। ਸਾਲ 1998 ਦੇ ਵਿੱਚ ਤਾਲਿਬਾਨ ਨੇ ਅਫਗਾਨਿਸਤਾਨ 'ਤੇ ਲਗਭਗ 90% ਹਿੱਸੇ ਦੇ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਫਿਰ ਇਹ ਲਗਾਤਾਰ ਕਦੇ ਪਿੱਛੇ ਹਟਦਾ ਰਿਹਾ ਅਤੇ ਹੁਣ ਇੱਕ ਵਾਰੀ ਫਿਰ ਦੁਬਾਰਾ ਜਦੋਂ ਉੱਥੇ ਕਬਜ਼ਾ ਕੀਤਾ ਗਿਆ ਤਾਂ ਦੁਨੀਆ ਨੇ ਇੱਕ ਵਾਰੀ ਫਿਰ ਧਿਆਨ ਉੱਧਰਲੇ ਪਾਸੇ ਗਿਆ। ਉੱਥੇ ਬਹੁਤ ਸਾਰੇ ਨਿਯਮ ਲਾਗੂ ਕੀਤੇ ਗਏ ਸੀ, ਮਰਦਾਂ ਨੂੰ ਦਾੜ੍ਹੀ ਬਣਾਉਣੀ ਪਊਗੀ, ਔਰਤਾਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲਾ ਬੁਰਕਾ ਪਹਿਨਣਾ ਪਊਗਾ। ਉੱਥੇ ਦਾ ਟੈਲੀਵਿਜ਼ਨ, ਸੰਗੀਤ, ਸਿਨੇਮਾ ਸਾਰੇ 'ਤੇ ਪਾਬੰਦੀ ਲੱਗ ਗਈ ਸੀ। 10 ਸਾਲ ਤੋਂ ਜਾਂ ਇਹ ਤੋਂ ਵੱਧ ਦੀਆਂ ਕੁੜੀਆਂ ਜਿਹੜੀਆਂ ਉਹਨਾਂ ਦੇ ਸਕੂਲ ਜਾਣ 'ਤੇ ਮਨਾਹੀ ਸੀ, ਵੱਖ ਵੱਖ ਤਰ੍ਹਾਂ ਦੇ ਉਹਨਾਂ ਦੇ ਉੱਤੇ ਦੋਸ਼ ਲੱਗੇ ਆ। ਔਰ ਜਿਹੜੀ ਉਹਨਾਂ ਨੇ ਬਾਮਿਆਨ ਬੁੱਧ ਦੀ ਮੂਰਤੀ ਸੀ 2001 ਦੇ ਵਿੱਚ, ਬਾਵਜੂਦ ਅੰਤਰਰਾਸ਼ਟਰੀ ਵਿਰੋਧ ਦੇ ਢਾਹ ਦਿੱਤੀ ਸੀ। ਪਾਕਿਸਤਾਨ ਵਾਰ ਵਾਰ ਇਸ ਗੱਲ ਤੋਂ ਇਨਕਾਰ ਕਰਦਾ ਰੱਖਿਆ, ਉਹ ਤਾਲਿਬਾਨ ਦਾ ਨਿਰਮਾਤਾ ਸੀ। ਪਰ ਇਹ ਵੀ ਗੱਲ ਪੱਕੀ ਆ ਕਿ ਜਿਹੜੇ ਸਾਰੇ ਅਫਗਾਨ ਸੀਗੇ ਜਿਨ੍ਹਾਂ ਦੇ ਸ਼ੁਰੂ ਵਿੱਚ ਅੰਦੋਲਨ ਵਿੱਚ ਸ਼ਾਮਲ ਹੋਏ, ਇਹ ਪਾਕਿਸਤਾਨ ਦੇ ਮਦਰੱਸਿਆਂ ਜਾਣੀ ਕਿ ਧਾਰਮਿਕ ਸਕੂਲਾਂ ਦੇ ਵਿੱਚ ਪੜ੍ਹੇ ਹੋਏ ਸੀ। ਸੋ ਅੱਜ ਇਹ ਇਹਦੇ ਵਿੱਚ ਹੀ ਸਾਰੇ ਕੁਝ ਦੇ ਵਿੱਚ, ਜਦੋਂ ਅਸੀਂ ਅਕਤੂਬਰ 2012 ਦੇ ਵਿੱਚ ਇੱਕ ਸਕੂਲ ਦੀ ਵਿਦਿਆਰਥਣ ਮਲਾਲਾ ਯੂਸਫ ਜਈ ਨੂੰ ਮੰਗੋਰਾ ਕਸਬੇ ਦੇ ਵਿੱਚ ਘਰ ਦੇ ਪਰਤਦੇ ਸਮੇਂ ਗੋਲੀ ਮਾਰੀ ਗਈ ਸੀ, ਉਹ ਵੀ ਚਰਚਾ ਦੇ ਵਿੱਚ ਆਈ ਸੀ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ, ਤਾਲਿਬਾਨ ਉੱਥੇ ਕੀ ਕਰਦਾ, ਉਹਦੇ ਬਾਕੀ ਦੁਨੀਆ ਦੇ ਨਾਲ ਸੰਬੰਧ ਕਿਸ ਤਰ੍ਹਾਂ ਦੇ ਰਹਿੰਦੇ ਆ, ਅਮਰੀਕਾ ਦੀ ਉਹਨਾਂ ਪ੍ਰਤੀ ਰਣਨੀਤੀ ਕੀ ਹੁੰਦੀ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਆ ਜਾਵੇਗਾ। ਪਰ ਇਹ ਇੱਕ ਬਹੁਤ ਮਹੱਤਵਪੂਰਨ ਦੁਨੀਆ ਦੀ ਰਾਜਨੀਤੀ ਦੇ ਵਿੱਚ ਘਟਨਾ ਵਾਪਰੀ ਆ, ਜਿਹਨੂੰ ਬਹੁਤ ਸਾਰੀਆਂ ਅਖਬਾਰਾਂ ਨੇ ਪ੍ਰਮੁੱਖਤਾ ਨਾਲ ਛਾਪਿਆ। ਕੋਵਿਡ-19 ਨੇ ਦੁਨੀਆ ਦੀਆਂ ਸਾਰੀਆਂ ਖਬਰਾਂ ਦਾ ਧਿਆਨ ਆਪਣੇ ਵੱਲ ਪਿਛਲੇ 1.5 ਸਾਲ ਤੋਂ ਖਿੱਚੀ ਰੱਖਿਆ। ਇਹਦੇ ਨਾਲ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਸੀਗੀਆਂ ਉਹਨਾਂ ਵੱਲ ਧਿਆਨ ਨਾ ਸਰਕਾਰਾਂ ਦਾ ਗਿਆ, ਨਾ ਸਿਹਤ ਮਾਹਰਾਂ ਦਾ ਗਿਆ। ਭਾਵੇਂ ਕਿ ਹੁਣ ਹੈਲਥ ਕੇਅਰ ਬਹੁਤ ਐਡਵਾਂਸ ਹੋ ਚੁੱਕਾ, ਪਰ ਸਿਫਿਲਿਸ ਇਨਫੈਕਸ਼ਨ ਇੱਕ ਬਿਮਾਰੀ ਆ, ਇਨਫੈਕਸ਼ਨ ਆ ਜਿਹੜੀ ਇਸ ਵੇਲੇ ਅਲਬਰਟਾ ਦੇ ਵਿੱਚ ਬਹੁਤ ਤੇਜ਼ੀ ਨਾਲ ਵੱਧ ਰਹੀ ਆ ਔਰ ਇਸ ਵੇਲੇ ਬਹੁਤ ਉੱਚੇ ਲੈਵਲ ਦੇ ਉੱਤੇ ਆ ਪਿਛਲੇ 70 ਸਾਲਾਂ ਤੋਂ ਬਾਅਦ। ਇਸ ਡਿਜ਼ੀਜ਼ ਦੇ ਕੇਸ ਅਲਬਰਟਾ ਦੇ ਵਿੱਚ 2000 ਤੋਂ ਬਾਅਦ ਇੱਕ ਤਰ੍ਹਾਂ ਐਕਸਪਲੋਰਡ ਹੋ ਗਏ ਆ। ਉਸ ਵੇਲੇ ਸਿਰਫ 17 ਕੇਸ ਇੱਥੇ ਸੀਗੇ, 2020 ਦੇ ਵਿੱਚ 2509 ਕੇਸ ਇਸ ਸਿਫਿਲਿਸ ਨਾਂ ਦੀ ਬਿਮਾਰੀ ਦੇ ਇੱਥੇ ਸੀਗੇ।
ਇਹ ਦੱਸਦੇ ਆ ਕਿ 1940 ਦੇ ਵਿੱਚ ਇਹਦਾ ਸਭ ਤੋਂ ਜ਼ਿਆਦਾ ਇਨਫੈਕਸ਼ਨ ਇਹ ਦੇਖੀ ਗਈ ਸੀ। 1940 ਦਾ ਸਮਾਂ ਉਹ ਸਮਾਂ ਸੀ ਜਦੋਂ ਐਂਟੀਬਾਇਓਟਿਕ ਅਜੇ ਨਹੀਂ ਬਣੇ ਸੀ, ਸੋ ਉਹਨੂੰ ਪ੍ਰੀ ਐਂਟੀਬਾਇਓਟਿਕ ਏਰਾ ਕਹਿੰਦੇ ਆ, ਪ੍ਰੀ ਐਂਟੀਬਾਇਓਟਿਕ ਯੁੱਗ ਕਹਿੰਦੇ ਆ। ਉਸ ਯੁੱਗ ਦੇ ਵਿੱਚ ਜਿੰਨੇ ਕੇਸ ਇਸ ਬਿਮਾਰੀ ਦੇ ਸੀਗੇ ਉਹ ਹੁਣ ਅੱਜ ਜਦੋਂ ਕਿ ਬਹੁਤ ਸਾਰੀਆਂ ਐਡਵਾਂਸ ਐਂਟੀਬਾਇਓਟਿਕ ਬਣ ਚੁੱਕੀਆਂ ਉਸ ਵੇਲੇ ਸਾਡੇ ਸਾਹਮਣੇ ਆ ਰਹੇ ਆ, ਜਿਹੜੇ ਕਿ ਬਹੁਤ ਚਿੰਤਾ ਦੀ ਗੱਲ ਆ ਕਿ ਭਾਵੇਂ ਬਹੁਤ ਸਾਰੀ ਐਡਵਾਂਸਮੈਂਟ ਹੋ ਗਈ ਆ ਪਰ ਇਹਦੇ ਕੇਸ ਲਗਾਤਾਰ ਵੱਧ ਰਹੇ ਆ। ਡਾਕਟਰ ਡੀਨਾ ਹਿੰਸ਼ਾ ਜਿਹੜੇ ਅਲਬਰਟਾ ਦੇ ਚੀਫ ਮੈਡੀਕਲ ਆਫਿਸਰ ਨੇ, ਉਹਨਾਂ ਨੇ ਇਹ ਕਿਹਾ ਸੀ ਕਿ ਇਹ ਕਿਹਾ ਕਿ ਸਾਡੇ ਲਈ ਬਹੁਤ ਇਹ ਚਿੰਤਾ ਦੀ ਗੱਲ ਆ ਕਿਉਂਕਿ ਇਹਦੇ ਵੱਲ ਸਾਡਾ ਧਿਆਨ ਹੀ ਨਹੀਂ ਗਿਆ, ਸਾਡਾ ਸਾਰਾ ਧਿਆਨ ਜਿਹੜਾ ਕੋਵਿਡ-19 ਵੱਲ ਲੱਗਾ ਰਿਹਾ, ਬਹੁਤੇ ਰਿਸੋਰਸਿਸ ਇਸ ਪਾਸੇ ਨਾ ਲਾਉਣ ਕਰਕੇ। ਔਰ ਇਹ ਵੀ ਇੱਕ ਉਹ ਕਹਿੰਦੇ ਕੀ ਰੀਜ਼ਨ ਸੀ, ਇੱਕ ਮੁੱਖ ਕਾਰਨ ਆ ਕਿ ਅਲਬਰਟਾ ਦਾ ਜਿਹੜਾ ਰੋਲਿੰਗ ਬੈਕ ਪਲੈਨ ਆ, ਜਦੋਂ ਅਲਬਰਟਾ ਨੇ ਇਹ ਕਿਹਾ ਸੀ ਕਿ ਅਸੀਂ ਹੁਣ ਕੋਵਿਡ-19 ਬਾਰੇ ਕੋਈ ਟੈਸਟਿੰਗ ਨਹੀਂ ਕਰਨੀ, ਕਿਸੇ ਨੂੰ ਆਈਸੋਲੇਟ ਕਰਨ ਦੀ ਲੋੜ ਨਹੀਂ, ਕਿਸੇ ਨੂੰ ਜਿਹੜੀ ਆ ਉਹਨੂੰ ਉਹ ਮਾਸਕ ਪਾਉਣ ਦੀ ਲੋੜ ਨਹੀਂ, ਕਿ ਹੁਣ ਸਾਰੇ ਉਹਨਾਂ ਨੇ ਟੈਸਟਿੰਗ ਸੈਂਟਰ ਵਗੈਰਾ ਵੀ ਆਲਮੋਸਟ ਚੱਕ ਦਿੱਤੇ ਸੀ, ਤਾਂ ਇਹਦੇ ਉੱਤੇ ਕੰਟਰੋਵਰਸੀ ਹੋਈ ਸੀ ਬਹੁਤ ਸਾਰੀ। ਉਹ ਕਹਿੰਦੇ ਉਸ ਪਲੈਨ ਦਾ ਇੱਕ ਕਾਰਨ ਇਹ ਸੀ ਕਿ ਅਸੀਂ ਹੁਣ ਸਾਰਾ ਧਿਆਨ ਕੋਵਿਡ ਕਰਕੇ ਇੱਧਰ ਲਾਤਾ, ਅਤੇ ਬਾਕੀ ਜੋ ਕੁਛ ਹੋਈ ਜਾਂਦਾ ਉਹਨੇ ਸਾਡੇ ਲਈ ਸੰਕਟ ਵੱਡਾ ਖੜਾ ਕਰ ਦੇਣਾ, ਜਿਨ੍ਹਾਂ ਦੇ ਵਿੱਚੋਂ ਇੱਕ ਸਿਫਲਿਸ ਬਿਮਾਰੀ ਵੀ ਆ, ਕਿ ਇਸੇ ਕਰਕੇ ਅਸੀਂ ਸਾਰਾ ਕੁਛ ਹੁਣ ਇੱਧਰ ਕੋਵਿਡ ਵੱਲ ਧਿਆਨ ਘੱਟ ਦੇਣਾ ਚਾਹੁੰਦੇ ਸੀ ਤਾਂ ਕਿ ਸਾਰਾ ਧਿਆਨ ਬਾਕੀ ਪਾਸੇ ਵੀ ਦਿੱਤਾ ਜਾ ਸਕੇ, ਨਹੀਂ ਤਾਂ ਬਾਕੀ ਚੀਜ਼ਾਂ ਨੇ, ਬਾਕੀ ਸਮੱਸਿਆਵਾਂ ਜਿਹੜੀਆਂ ਉਹ ਜ਼ਿਆਦਾ ਸਾਡੇ ਸਾਹਮਣੇ ਆ ਜਾਣੀਆਂ। ਔਰ ਇਹਦੀ ਬਹੁਤ ਸਾਰੀ ਆਲੋਚਨਾ ਹੋਈ ਸੀ। ਇਹ ਦੋਸਤੋ ਬਿਮਾਰੀ ਦੱਸਦੇ ਇੱਕ ਬੈਕਟੀਰੀਅਲ ਇਨਫੈਕਸ਼ਨ ਆ ਜਿਹੜੀ ਸੈਕਸੁਅਲ ਕੰਟੈਕਟ ਦੇ ਨਾਲ ਹੁੰਦੀ ਆ, ਅਤੇ ਦੁਨੀਆ ਦੇ ਵਿੱਚ ਹਰ ਸਾਲ ਮਿਲੀਅਨਸ ਨੂੰ ਇਨਫੈਕਟ ਕਰਦੀ ਆ, ਅਤੇ ਜੇ ਇਹਦਾ ਕਈ ਮੇਜਰ ਔਰਗਨਸ ਦੇ ਉੱਤੇ ਅਟੈਕ ਵੀ ਕਰਦੀ ਆ ਜੇਕਰ ਇਹਨੂੰ ਟ੍ਰੀਟ ਨਾ ਕੀਤਾ ਜਾਵੇ। ਔਰ ਇਹ ਬਿਮਾਰੀ ਜਿੰਨੀ ਅਲਬਰਟਾ ਦੇ ਵਿੱਚ ਆ ਉਹਦੇ ਵਿੱਚੋਂ ਅੱਧੇ ਕੇਸ ਐਡਮਿੰਟਨ ਦੇ ਵਿੱਚ ਨੇ, ਜਿਹੜੇ ਕਿ ਕੈਲਗਰੀ ਨਾਲੋਂ 3 ਗੁਣਾ ਨੇ। ਐਡਮਿੰਟਨ ਸਭ ਤੋਂ ਜ਼ਿਆਦਾ ਸਿਫਲਸ ਦੇ ਕੇਸਿਸ ਕੈਨੇਡਾ ਦੇ ਵਿੱਚ ਐਡਮਿੰਟਨ ਦੇ ਵਿੱਚ ਨੇ। ਇਹ ਪਹਿਲੇ 3 ਮਹੀਨਿਆਂ ਦੇ ਵਿੱਚ ਆਹ 2021 ਦੇ 765 ਕੇਸ ਰਿਪੋਰਟ ਕੀਤੇ ਗਏ ਸੀ ਅਲਬਰਟਾ ਦੇ ਵਿੱਚ। ਇਹਦੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਇੱਕ ਪਾਪੂਲੈਰਿਟੀ ਆ ਫੇਸਬੁੱਕ, ਉਹ ਸਾਰੇ ਕੁਛ ਤੋਂ ਉੱਤੋਂ ਜਿਸ ਤਰ੍ਹਾਂ ਲੋਕ ਆਪਣੇ ਇੱਕ ਦੂਜੇ ਦੇ ਨਾਲ ਸੰਬੰਧ ਬਣਾਉਂਦੇ ਆ, ਉਹ ਇੱਕ ਦੱਸਦੇ ਆ ਕਿ ਵੱਡਾ ਕਾਰਨ ਇਹਦੇ ਵਿੱਚ ਹੈਗਾ ਇਸ ਬਿਮਾਰੀ ਦੇ ਫੈਲਣ ਦੇ। ਜਿਹੜੀ ਮੈਥਾਫੈਂਟਾਮਾਈਨ ਆ, ਜਿਹੜੀ ਇੱਕ ਡਰੱਗ ਆ, ਉਹ ਵੀ ਕਹਿੰਦੇ ਸੈਕਸੁਅਲੀ ਟ੍ਰਾਂਸਮਿਟਡ ਇਨਫੈਕਸ਼ਨ ਦੇ ਨਾਲ ਇਹਦਾ ਸੰਬੰਧ ਆ, ਕਿ ਇਹ ਹਰ ਇੱਕ ਵਿਅਕਤੀ ਜਦੋਂ ਇਹ ਨਸ਼ਾ ਲੈਂਦਾ ਆ ਉਹਦੀ ਜਿਹੜੀ ਸੈਕਸ ਡਰਾਈਵ ਆ ਉਹਨੂੰ ਸਟਿਮੂਲੇਟ ਕਰਦੀ ਆ, ਅਤੇ ਫਿਰ ਉਹਦੇ ਤੋਂ ਬਾਅਦ ਉਹਦੇ ਜਿਹੜੇ ਰਿਸਕੀ ਬਿਹੇਵੀਅਰ ਹੁੰਦੇ, ਜਿਹੜਾ ਇੱਕ ਵੱਡਾ ਕਾਰਨ ਇਸ ਵੇਲੇ ਬਣਦਾ ਆ। ਸੋ ਜਿੱਥੇ ਔਰ ਇੱਥੇ ਇਹ ਵੀ ਗੱਲ ਦੇਖਣ ਵਾਲੀ ਆ ਕਿ ਐਡਮਿੰਟਨ ਦੇ ਵਿੱਚ ਸਭ ਤੋਂ ਵੱਧ ਪਰ ਕੈਪੀਟਾ ਮੈਥਾਫੈਂਟਾਮਿਨ ਦੀ ਕੰਜ਼ੰਪਸ਼ਨ ਆ, ਇਹ ਨਸ਼ਾ ਲੈਣ ਵਾਲੇ ਸਭ ਤੋਂ ਵੱਧ ਲੋਕ ਐਡਮਿੰਟਨ ਦੇ ਵਿੱਚ ਆ, ਜੇਕਰ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ। ਸਟੈਟ ਕੈਨੇਡਾ ਦੀਆਂ ਰਿਪੋਰਟਸ ਇਹ ਗੱਲਾਂ ਬਾਤਾਂ ਦੱਸ ਰਹੀਆਂ ਹੈ। ਜਦੋਂ ਲਾਸਟ ਟਾਈਮ ਸਿਫਲਿਸ ਬਿਮਾਰੀ ਅਲਬਰਟਾ ਦੇ ਵਿੱਚ 1948 ਦੇ ਵਿੱਚ ਆਈ ਸੀ ਤਾਂ ਉਸ ਵੇਲੇ ਉਹਦੇ ਤੋਂ ਥੋੜ੍ਹੇ ਚਿਰ ਬਾਅਦ ਹੀ ਪੈਨਸਲੀਨ ਆ ਗਈ ਸੀ, ਜਿਹੜੀ ਪਹਿਲੀ ਐਂਟੀਬਾਇਓਟਿਕ ਬਣੀ ਸੀ ਉਹ ਅਵੇਲੇਬਲ ਹੋ ਗਈ ਸੀ, ਅਤੇ ਉਹਦੇ ਕਾਰਨ ਇਹਦੇ ਉੱਤੇ ਕੰਟਰੋਲ ਹੋ ਗਿਆ ਸੀ। ਪਰ ਹੁਣ ਪੈਨਸਲੀਨ ਤੋਂ ਬਾਅਦ ਵੀ ਬਹੁਤ ਸਾਰੀਆਂ ਜਿਹੜੀਆਂ ਦਵਾਈਆਂ ਸਾਡੇ ਸਾਹਮਣੇ ਆ, ਪਰ ਇਹ ਬਿਮਾਰੀ ਦਾ ਫੈਲਣਾ ਅੱਜ ਫਿਰ ਜਿਹੜਾ ਇੱਕ ਚਿੰਤਾ ਦਾ ਵਿਸ਼ਾ ਹੈ, ਅਤੇ ਕਹਿ ਰਿਹਾ ਕਿ ਇਹਨੂੰ ਅਸੀਂ ਜਿੰਨੀ ਜਲਦੀ ਹੋ ਸਕੇ, ਕਿਉਂਕਿ ਇਹ ਇਕੱਲੀ ਅਲਬਰਟਾ ਦੇ ਤੱਕ ਨਹੀਂ ਸੀਮਤ ਰਹੀ, ਇਹਦੇ ਕੁਛ ਕੇਸ ਡਾਊਨਟਾਊਨ ਵੈਨਕੂਵਰ ਦੇ ਵਿੱਚ ਵੀ ਜਿਹੜੇ ਆ ਉਹ ਦੇਖੇ ਗਏ ਆ, ਅਤੇ ਇਹਨੂੰ ਇੱਕ ਇੱਕ ਉਹ ਦੂਜੀ ਗੱਲ ਕਿ ਜਿਹੜੀਆਂ ਗਰਭਵਤੀ ਔਰਤਾਂ ਨੇ ਉਹਨਾਂ ਦੇ ਲਈ ਇਹ ਬਹੁਤ ਖਤਰਨਾਕ ਬਿਮਾਰੀ ਆ, ਕਿਉਂਕਿ ਉਹਨਾਂ ਤੋਂ ਇਹ 15% ਕੇਸਿਸ ਦੇ ਵਿੱਚ ਉਹਨਾਂ ਦੇ ਬੱਚਿਆਂ ਵਿੱਚ ਇਹ ਬਿਮਾਰੀ ਚਲੀ ਜਾਂਦੀ ਆ। ਸੋ ਅੱਜ ਜਦੋਂ ਹੈਲਥ ਐਕਸਪਰਟ ਕਹਿ ਰਹੇ ਆ ਕਿ ਸਾਡੇ ਲਈ ਬਹੁਤ ਵੱਡਾ ਖਤਰਾ ਆ, ਤਾਂ ਇਹਦੇ ਉੱਤੇ ਵੀ ਧਿਆਨ ਦੇਣਾ ਪਊਗਾ, ਕਿਉਂਕਿ ਇਹ ਉਸ ਵੇਲੇ ਵੀ ਚਿੰਤਾ ਦਾ ਵਿਸ਼ਾ ਬਣੀ ਸੀ ਜਦੋਂ 2019 ਦੇ ਵਿੱਚ ਅਲਬਰਟਾ ਹੈਲਥ ਸਰਵਿਸ ਨੇ ਕਿਹਾ ਸੀ ਕਿ ਇਹਨੂੰ ਜਿਹੜੀ ਇੱਕ ਚਿੰਤਾ ਦੀ ਗੱਲ ਜਾਂ ਆਊਟਬ੍ਰੇਕ ਡਿਕਲੇਅਰ ਕਰ ਦਿੱਤਾ ਸੀ ਜਦੋਂ 12 ਸਟਿਲ ਬੋਰਨ ਬਰਥਸ ਹੋਏ ਸੀਗੇ, ਕਿ ਜਿਹੜੇ ਬੱਚੇ ਉਹਨਾਂ ਦੀ ਡੈਥ ਹੋ ਚੁੱਕੀ ਸੀ ਜਦੋਂ ਉਹ ਪੈਦਾ ਹੋਏ ਆ। ਸੋ ਇੰਨੀ ਵੱਡੀ ਇੱਕ ਸਮੱਸਿਆ ਜਿਹਦੇ ਵੱਲ ਬਾਕੀ ਚੀਜ਼ਾਂ ਕਰਕੇ ਧਿਆਨ ਨਹੀਂ ਗਿਆ, ਉਹਦੇ ਵੱਲ ਹੁਣ ਅਲਬਰਟਾ ਦੇ ਹੈਲਥ ਅਧਿਕਾਰੀ ਸਿਹਤ ਅਧਿਕਾਰੀ ਆਪਣਾ ਧਿਆਨ ਦੇ ਰਹੇ ਆ, ਅਤੇ ਕਹਿ ਰਿਹਾ ਕਿ ਇਸ ਬਿਮਾਰੀ ਨੂੰ ਜਿੰਨੀ ਜਲਦੀ ਹੋ ਸਕਦਾ ਸਾਨੂੰ ਇਹਦੇ 'ਤੇ ਕਾਬੂ ਪਾਉਣਾ ਪਵੇਗਾ। ਦੋਸਤੋ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਇਸਦਾ ਬਲਦੀਪ ਸਿੰਘ ਅਤੇ ਇਸਦਾ ਗੁਰਪ੍ਰੀਤ ਸਿੰਘ ਸੋਤਾ ਹੋਣਾ ਨਾਲ, ਕੈਨੇਡਾ ਇਲੈਕਸ਼ਨ ਦੇ ਸਾਰੇ ਪੱਖਾਂ ਦੀ ਘੋਖ ਪੜਤਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।